की पंच मंदिर का इतिहास है कपूरथले दे, क्यों इनू पंच मंदिर कहा जाता है और कदों दा बनया और अज की है? देखो ये महाराजा फतेह सिंह जी ने बनाया सी 228 साल पहला, 18 साल लग गए सी इनू बनदे बनदे, और स्टेट मंदिर आ महाराजा कपूरथले दा, और भगवान कृष्ण जी महाराज के पंच मंदिर इनू कहिंदे आ। साइड ते एक शिवाजी का मंदिर है, भगवान शिव का, एक दुर्गा का, एक सूर्य भगवान का, और एक गणेश जी का, सेंटर च भगवान कृष्ण जी महाराज का मंदिर, और विशाल मंदिर आ, और डीसी साहब एडमिनिस्ट्रेटर आ, सरकारी मंदिर आ, और 40 साल तो असी सेवा कर रहे हैं इस मंदिर की, 1990 तो लैके हुण तक, और मंदिर की शोभा इन्नी का दूर दूर तक आ, जिहड़ा इत्थे आउंदा आ 9 दिन परिक्रमा करता है, और 9 परिक्रमा 40 दिन करता है, और उहदा मनोकामना पूरी हुंदी आ। और सूर्य भगवान का मंदिर पंजाब च सिर कपूरथले ही आ, जां फिर कुरुक्षेत्र आ, भगवान सूरज जिहदे लगन दे विच हुंदे आ, और जिहड़े इंसान नूं किसे नूं बनाउणा आ बहुत उच्चे पोस्ट ते किसे देना आ, राजपाठ देना आ, जे सूरज लगन च आ, सूरज उहदी फेवर च आ, तो उही बंदा चमकदा आ, ते नहीं तां जिहदा सूरज डाउन आ ਉਹ ਸੰਸਾਰ 'ਚ ਰਾਜਾ ਹੁੰਦਾ ਹੋਇਆ ਵੀ ਜੀਰੋ ਹੋ ਜਾਂਦਾ। ਸੋ ਭਗਵਾਨ ਕ੍ਰਿਸ਼ਨ ਮਹਾਰਾਜ ਇਹ ਸਾਰੇ ਵਿਸ਼ਵਾਸ ਦੇ ਸੌਦੇ ਆ। ਇੱਦਾਂ ਹੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੇ ਦਰਸ਼ਨ ਆ, ਸੜਕ ਤੋਂ ਦੇਖੋ ਤਾਂ ਵੀ ਇੱਕੋ ਜਿਹੇ ਨਜ਼ਰ ਆਉਣਗੇ, ਔਰ ਅੱਗੇ ਆਣ ਕੇ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਦੇਖੋ ਰਾਧਾ ਕ੍ਰਿਸ਼ਨ ਭਗਵਾਨ ਦੇ, ਤਾਂ ਵੀ ਇੱਕੋ ਜਿਹੇ ਨਜ਼ਰ ਆਉਣਗੇ। ਜਾਣੀ ਆਰਚੀਟੈਕਟ ਇਸ ਤਰ੍ਹਾਂ ਉਸ ਟਾਈਮ ਦੇ ਬਣਾਏ ਆ ਕਿ ਇਹਦਾ ਕਿਸੇ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਇਸ ਤਰ੍ਹਾਂ ਹੋ ਰਿਹਾ। ਔਰ ਵਿਸ਼ਾਲ ਮੰਦਿਰ ਹੈ, ਇੰਨਾ ਕੁ ਸ਼ੋਭਾ ਆ, ਇੰਨਾ ਕੁ ਪਵਿੱਤਰ ਮੰਦਿਰ ਆ ਕਿ ਜਿਹੜਾ ਬੰਦਾ ਦੁਖੀ ਆਉਂਦਾ ਆ, ਬਾਹਰ ਦੁਖੀ ਹੁੰਦਾ, ਜਦੋਂ ਅੰਦਰ ਆਉਂਦਾ ਆ ਤਾਂ ਉਹ ਸ਼ਾਂਤ ਚਿੱਤ ਹੋ ਜਾਂਦਾ, ਉਹਦਾ ਜਿਹੜਾ ਚਿੱਤ ਆ ਉਹ ਭਗਵਾਨ ਨਾਲ ਜੁੜ ਜਾਂਦਾ, ਮੈਂ ਔਰ ਮੇਰੇ 'ਚੋਂ ਨਿਕਲ ਜਾਂਦਾ। ਸੋ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਭਗਤੀ ਲਈ ਜਿਹੜੀ ਆਤਮਾ ਦੀ ਕਮਾਈ ਆ ਇਹ, ਮਨ ਜਿਹੜਾ ਮਨ ਹਮੇਸ਼ਾ ਚਾਹੁੰਦਾ ਕਿ ਮੈਂ TV ਦੇਖਾਂ, ਮੋਬਾਈਲ ਦੇਖਾਂ, ਫਿਲਮ ਦੇਖਾਂ, ਲੇਕਿਨ ਜਿਹੜੀ ਆਤਮਾ ਕਹਿੰਦੀ ਹੈ ਭਗਤੀ ਕਰ, ਇਹ ਮਨ ਤਪੱਸਿਆ ਕਰੂੰਗਾ ਤਾਂ ਉਹਦੇ 'ਚ ਹੀ ਭਲਾ ਤੇ। ਜਿਹੜਾ ਅਸਲੀ ਧਨ ਆ ਉਹ ਭਗਤੀ ਆ, ਬਾਕੀ ਤਾਂ ਦੁਨਿਆਵੀ ਧਨ ਤਾਂ ਜਿਹੜੇ ਆ ਉਹ ਅੱਜ ਕਿਸੇ ਦਾ, ਕੱਲ੍ਹ ਕਿਸੇ ਹੋਰ ਦਾ, ਪਰਸੋਂ ਕਿਸੇ ਦਾ, ਕੋਈ ਧਨ ਲਿਜਾ ਨਹੀਂ ਸਕਦਾ। ਜੇ ਅਗਰ ਇਸ ਤਰ੍ਹਾਂ ਦਾ ਈਸ਼ਵਰ ਕੋਈ ਹੁਕਮ ਦਿੰਦਾ ਕਿ ਸਾਰੇ ਆਪਣਾ ਆਪਣਾ ਧਨ ਸਮੇਟ ਕੇ ਲੈ ਜਾਂਦੇ, ਤਾਂ ਇੱਥੇ ਉੱਦਾਂ ਹੀ ਕਲਯੁੱਗ ਦੇ ਵਿੱਚ ਤਾਂ ਬਾਪ ਬੇਟੇ ਨੂੰ ਮਾਰ ਕੇ ਖਾ ਜਾਂਦਾ, ਬੇਟਾ ਬਾਪ ਨੂੰ ਮਾਰ ਕੇ, ਇੱਦਾਂ ਦਾ ਇਤਿਹਾਸ ਹੁੰਦਾ। ਸੋ ਭਗਵਾਨ ਕੇਸ਼ੀ ਮਹਾਰਾਜ ਨੇ ਜਿਹੜੀ ਇਹ ਰਚਨਾ ਕੀਤੀ ਆ ਇਸ ਮੰਦਿਰ ਦੀ, ਜਿੰਨੀ ਇੱਥੇ ਸ਼ੋਭਾ ਕਰ ਲਓ ਉਨੀ ਥੋੜ੍ਹੀ ਆ। ਤੋ ਜਿਹੜਾ ਵੱਟ ਬ੍ਰਿਕਸ਼ ਆ ਉਹ ਵੀ 228 ਸਾਲ ਪੁਰਾਣਾ ਆ, ਔਰ ਗਣੇਸ਼ ਜੀ ਦਾ ਮੰਦਿਰ ਵੀ ਬਹੁਤ ਇੰਨਾ ਵਧੀਆ ਆ। ਸਾਰਾ ਕੁਛ ਜੋ ਵੀ ਆ ਇਹਦੀ SS ਖੋਸਲਾ ਜੋ ਸੀ ਸਾਡੇ ਮੈਨੇਜਿੰਗ ਡਾਇਰੈਕਟਰ ਸੀ SSK ਦੇ, ਉਹਨਾਂ ਨੇ ਸਾਰੀ ਰੈਨੋਵੇਸ਼ਨ ਇਹਦੀ ਕਰਵਾਈ ਆ, ਔਰ ਅਸੀਂ ਵੀ ਲੋਕਾਂ ਤੋਂ ਮੰਗ ਮੰਗ ਕੇ ਸਾਰੇ ਕੰਮ ਕਰਦੇ ਹਾਂ, ਲੇਕਿਨ ਸਰਕਾਰ ਵੱਲੋਂ ਨਾ ਕੋਈ ਪੈਸਾ ਦੇਖਿਆ, ਨਾ ਕਦੀ ਕੁਛ ਉਹਦਾ, ਅਤੇ ਨਾ ਕੋਈ ਇੱਥੇ ਪੁਜਾਰੀ ਰੱਖ ਰਹੇ ਆ, ਅਤੇ ਨਾ ਕੋਈ ਸਿਕਿਉਰਿਟੀ ਆ। ਸਾਰਾ ਇਹ ਕੌਣ ਕਰਦੀ ਆ? ਪਬਲਿਕ ਜਿਹੜੇ ਇੱਥੇ ਆਉਂਦੇ ਆ, 40-50 ਬੰਦੇ, ਉਹ 100-100 ਰੁਪਈਆ ਦਿੰਦੇ ਆ, ਤਾਂ ਇਹ ਮੰਦਿਰ ਦਾ ਜਾਣੀ ਜਦੀ ਜਿਹੜਾ ਇਹਦਾ ਰੱਖ ਰਖਾਵ ਆ ਉਹਦਾ ਕਰ ਰਹੇ ਹਾਂ, ਔਰ ਰੱਖ ਰਖਾਵ ਦੀ ਦੇਖ ਰੇਖ ਹੈ ਇਸ ਵੇਲੇ ਜਾਣੀ ਸਾਡੇ ਨਿਤਿਨ ਖੋਸਲਾ ਜੀ ਜਿਹੜੇ ਡਾਇਰੈਕਟਰ ਆ ਮੈਨੇਜਿੰਗ ਡਾਇਰੈਕਟਰ SSK ਦੇ, ਉਹਨਾਂ ਦੀ ਦੇਖ ਰੇਖ 'ਚ ਸਾਰਾ ਕੁਛ ਹੋ ਰਿਹਾ, ਔਰ ਉਹ ਹਰ ਸੋਮਵਾਰ ਆਉਂਦੇ ਆ। ਸੋ ਇਹ ਸਾਰਾ ਕਿਹਦੀ ਰਚਨਾ ਆ? ਪ੍ਰਭੂ ਨੇ ਜਿਹਦੇ ਤੋਂ ਜੋ ਕਰਾਉਣਾ ਉਹ ਉਹੀ ਹੁੰਦਾ, ਆਦਮੀ ਦੇ ਹੱਥ ਵਿੱਚ ਕੁਛ ਨਹੀਂ। ਅੱਜ ਤੋਂ 1982 'ਚ ਮੈਂ ਕਪੂਰਥਲੇ ਆਇਆ ਸੀ ਬਿਲਗੇ ਤੋਂ, ਅਤੇ ਮੈਂ ਪਹਿਲੀ ਵਾਰੀ ਆਇਆ ਤਾਂ ਮੈਨੂੰ ਇਹ ਲੱਗਾ ਇਸ ਸਥਾਨ 'ਤੇ ਮੇਰਾ ਕੋਈ ਪੁਰਾਣਾ ਲਿੰਕ ਆ, ਔਰ ਸਾਰਾ ਜੀਵਨ 75% ਜੀਵਨ ਦਾ ਇੱਥੇ ਹੀ ਨਿਕਲ ਗਿਆ। ਸੋ ਇਹਨੂੰ ਮੇਨਟੇਨ ਆ, ਇੰਨਾ ਸੋਹਣਾ ਆ, ਔਰ ਇਹ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਪਬਲਿਕ ਨੂੰ ਵੀ ਚਾਹੀਦਾ ਇਸ ਸਥਾਨ ਦਾ ਧਿਆਨ ਰੱਖਣ, ਸਰਕਾਰ ਨੂੰ ਵੀ ਚਾਹੀਦਾ ਇਸ ਸਥਾਨ ਦਾ ਧਿਆਨ ਰੱਖਣ, ਕਿਉਂਕਿ ਵਿਸ਼ਾਲ ਮੰਦਿਰ ਆ, ਇਹਨੂੰ ਸਹੀ ਰੱਖਣ ਲਈ ਕੀ ਆ, ਬੜਾ ਉਪਰਾਲੇ ਕਰਨੇ ਪੈਂਦੇ, ਪੈਸਾ ਵੀ, ਤਨ ਮਨ ਧਨ ਤਿੰਨੇ ਹੀ ਚੀਜ਼ਾਂ ਚਾਹੀਦੀਆਂ ਇਸ ਸਥਾਨ ਲਈ, ਤਦੇ ਜਾ ਕੇ ਮੇਨਟੇਨ ਰਹੇਗਾ। ਔਰ ਇੰਨੀ ਕੁ ਇੱਥੇ ਵਾਈਬ੍ਰੇਸ਼ਨ ਆ, ਇੰਨੀ ਕੁ ਸ਼ਾਂਤੀ ਆ, ਔਰ ਹਰ ਇੱਕ ਦੀ ਮਨੋਕਾਮਨਾ ਪੂਰਨ। ਇੱਕ ਜਿਹੜੀ ਕਿਹਾ ਜਾਂਦਾ ਹੈ ਕਿ ਜਦੋਂ ਸੂਰਜ ਆਉਂਦਾ ਹੈ, ਸੂਰਜ ਉਦੇ ਹੁੰਦਾ ਹੈ, ਤਾਂ ਸਭ ਤੋਂ ਪਹਿਲੀਆਂ ਕਿਰਨਾਂ ਉਹ ਕੀ ਹੈ ਜੀ? ਜਾਣੀ ਇਤਿਹਾਸ ਇਹ ਕਹਿੰਦਾ ਹੈ ਕਿ ਜਦੋਂ ਮਹਾਰਾਣੀ ਕਪੂਰਥਲਾ ਜਿਹੜੀ ਆ ਇਸ਼ਨਾਨ ਕਰਦੀ ਸੀ ਅਤੇ ਸੂਰਜ ਨੂੰ ਅਰਗ ਦਿੰਦੀ ਸੀ, ਅਤੇ ਉਸ ਵੇਲੇ ਜਿਹੜਾ ਸੈਨਿਕ ਸਕੂਲ ਆ ਉਹ ਮਹਾਰਾਜ ਦਾ ਸੀਗਾ, ਮਹਿਲ ਸੀ, ਉੱਥੋਂ ਉਹਨੇ ਸੂਰਜ ਨੂੰ ਅਰਗ ਦੇਣਾ, ਅਤੇ ਉਹ ਕਿਰਨ ਜਿਹੜੀ ਸਾਰੀ ਹੈ ਉੱਥੇ ਪੈਂਦੀ ਸੀ, ਉੱਥੋਂ ਸੂਰਜ ਦੇ ਅਰਗ ਦਿੰਦੇ ਸੀ, ਇਹ ਇਹਦਾ ਇਤਿਹਾਸ। ਠੀਕ ਹੈ, ਹਾਂਜੀ, ਜੈ ਸ਼੍ਰੀ ਰਾਧੇ। आज जो आप मैं खड़ी हूँ यहाँ पंच मंदिर कपूरथला में, ये भगवान जी के बारे में पूछ रहे हैं कि यहाँ मंदिर तो जो आएगा यहाँ पर वो ही देखेगा, कहने की बात और है, अनुभव करने की बात और है। यहाँ आओगे तो भगवान की छवि नहीं देखोगे आप,
स्वयं साक्षात्कार भगवान यहाँ पर विराजमान है, ये आप आकर खुद महसूस करोगे। बाहर आपका जो भी दुख है, अंदर आकर देखोगे आपको कुछ कहने को शेष नहीं रहेगा, जैसे आपको संपूर्ण मिल गया ऐसा महसूस करोगे। सो जो भी देख रहा है आइए जरूर, पर खुद महसूस करिए। भगवान की सेवा जो है श्रृंगार की, भगवान ने काफ़ी देर से मुझे दे रखी है और उसका मैं बहुत भगवान को धन्यवाद करती हूँ कि उन्होंने मुझे ये सेवा दी है। आप भी आइए, आप भी खुद भगवान के दर्शन करिए। यहाँ पर संत लोग भी आते हैं, मेरा कहना नहीं है, वो खुद कहते हैं कि ये मंदिर पांच मंदिर है जो वो मिनी वृंदावन है। आप खुद भी आइए और खुद इस बात को देखिए कि वृंदावन में जो आप पाओगे वैसा ही शांति, वैसी पॉजिटिविटी आपको यहाँ पर मिलेगी। सो मेरा यही कहना है, आकर आप पांच मंदिर में, जो पांच मंदिर दिखाए गए हैं, शिव जी का है, दुर्गा माता का है, शनि देव का है और गणेश जी का है, इधर शिव जी भगवान का है और बीच में स्वयं राधा कृष्ण जी विराजमान है, आइए और खुद दर्शन करिए। बोलिए जय श्री राधे श्याम। इस मंदिर ने जुड़े हुए जी ऐतिहासिक मंदिर, की कहना चाहूँगा? मैं इस मंदिर के बारे में ये कहना चाहता कि मैं 2011 में इधर पोस्टिंग गया था, तो जब मैं बाजार आना था, मैं इधर मत्था टेकन आना, मत्था टेकन जब आना तो इस मंदिर की शोभा, इस मंदिर का आकर्षण और कृष्ण भगवान जी अंदर बैठे साक्षात भगवान नज़र आते, साक्षात भगवान नज़र आते, तो इन्हों की इतनी अटैचमेंट, इतनी खिच है कि जब पांच बजते हैगे तो दिल करता भी भगवान जी के कोल चलीए, तो मत्था टेक के आइए, उत्थे जितनी सेवा कर सकते वो सेवा करिए। तो हूँ मैं सवेरे भी आंदा, शाम को भी आंदा, जिन्ना कि मेरे को टाइम लगता मैं टाइम इत्थे भगवान जी दे दिंदा। तो मैं यही कहना चाहता इस मंदिर की शोभा, इस मंदिर का रखाव, ये जितने भी इत्थे हैगे बड़े अच्छे ढंग नाल करदे, आके साफ सफाई भी करदे, लेकिन कुछ जिस तरह मैं सुनिया है कि गवर्नमेंट कुछ नहीं करती, गवर्नमेंट के अंडर है मंदिर लेकिन गवर्नमेंट कुछ नहीं करती, गवर्नमेंट को देखना चाहिए, गवर्नमेंट को साफ सफाई, वाइट वाश, कलर वाश वगैरह जो भी है वो उन्होंने करना चाहिए ताकि इस मंदिर की शोभा होर बधे। ठीक है, बस मैं इतना कहना चाहता, धन्यवाद।